ਇਹ ਤੜਫਦਾ ਰਿਹਾ ਮੁੰਡਾ ਕਿਸੇ ਨੇ ਨਹੀਂ ਪਾਇਆ ਹੱਥ ਇਹ ਬੇਹਦ ਦਰਦਨਾਕ ਤਸਵੀਰਾਂ ਨਾਬਾ ਬਲੌਕ ਦੇ ਪਿੰਡ ਦੁਲੱਦੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ 35 ਸਾਲਾ ਨੌਜਵਾਨ ਗੁਰਵਿੰਦਰ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਗੁਰਵਿੰਦਰ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਅਤੇ ਗੁਰਵਿੰਦਰ ਜੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਅਣਪਛਾਤੇ ਵਾਹਨ ਦੇ ਵੱਲੋਂ ਉਸ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਮੌਕੇ ਦੇ ਉੱਤੇ ਗੁਰਵਿੰਦਰ ਕਾਫੀ ਸਮਾਂ ਤੜਫਦਾ ਰਹਿੰਦਾ ਹੈ ਪਰ ਕਿਸੇ ਦੇ ਵੱਲੋਂ ਵੀ ਸਾਰ ਨਹੀਂ ਲਈ ਜਾਂਦੀ ਆਸ-ਪਾਸ ਲੋਕ ਜੋ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਕੋਈ ਵੀ ਮਦਦ ਦਾ ਹੱਥ ਨਹੀਂ ਫੜਾਇਆ ਜਾਂਦਾ ਜਿਸ ਕਰਕੇ ਗੁਰਵਿੰਦਰ ਦੀ ਤੜਫ ਤੜਫ ਕੇ ਉਥੇ ਸੜਕ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਹਾਦਸੇ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਸ ਸੜਕ ਦੇ ਉੱਤੇ ਗੁਰਵਿੰਦਰ ਦੀ ਮੌਤ ਹੋਈ ਉਸੇ ਸੜਕ ਤੇ ਬੈਠ ਕੇ ਕਿਸ ਤਰ੍ਹਾਂ ਪਰਿਵਾਰ ਵਾਲੇ ਵੈਣ ਪਾ ਰਹੇ ਨੇ ਲੋਕ ਵੀ ਉੱਥੇ ਖੜੇ ਭਾਵੁਕ ਨਜ਼ਰ ਆ ਰਹੇ ਨੇ ਪਰ ਉਸ ਸਮੇਂ ਜਦੋਂ ਗੁਰਵਿੰਦਰ ਨੂੰ ਲੋੜ ਸੀ ਉਸ ਸਮੇਂ ਕਿਸੇ ਵੱਲੋਂ ਵੀ ਮਦਦ ਨਹੀਂ ਕੀਤੀ ਜਾਂਦੀ ਬੇहद ਦਰਦਨਾਕ ਤਸਵੀਰਾਂ ਨੇ ਦੱਸਦੀ ਹੈ ਕਿ ਹਾਦਸਾ ਨਾਵਾ ਬਲਾਕ ਦੇ ਪਿੰਡ ਦੁਲੱਦੀ ਨੇੜੇ ਵਾਪਰਿਆ ਅਣਪਛਾਤੇ ਵਾਹਨ ਦੇ ਵੱਲੋਂ ਵਾਈਕ ਸਵਾਰ ਗੁਰਵਿੰਦਰ ਸਿੰਘ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਦੌਰਾਨ ਰਾਤ ਨੂੰ ਉਥੇ ਸੜਕ ਉੱਤੇ ਪਿਆ ਗੁਰਵਿੰਦਰ ਤੜਫਦਾ ਰਹਿੰਦਾ ਹੈ ਪਰ ਸਵੇਰ ਤੱਕ ਕਿਸੇ ਦੇ ਵੱਲੋਂ ਵੀ ਮਦਦ ਦਾ ਹੱਥ ਨਹੀਂ ਫੈਲਾਇਆ ਜਾਂਦਾ ਤਾਂ ਜਦੋਂ ਰਾਗਿਰਾ ਵੱਲੋਂ ਸਵੇਰ ਨੂੰ ਲਾਸ਼ ਨੂੰ ਦੇਖੀ ਜਾਂਦੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਦੱਸ ਦिए ਕਿ ਗੁਰਵਿੰਦਰ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ ਰਾਤ ਨੂੰ ਡਿਊਟੀ ਕਰਕੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਔਰ ਇਸੇ ਦੌਰਾਨ ਹਾਦਸਾ ਵਾਪਰ ਜਾਂਦਾ ਹੈ ਦੱਸ ਦिए ਕਿ ਗੁਰਵਿੰਦਰ ਦੀ ਉਮਰ 35 ਸਾਲ ਸੀ ਔਰ ਆਪਣੇ ਪਿੱਛੇ ਗੁਰਵਿੰਦਰ ਆਪਣੀ ਪਤਨੀ ਅਤੇ 12 ਸਾਲ ਦੇ ਲੜਕੇ ਨੂੰ ਛੱਡ ਗਿਆ ਉਸ ਤੋਂ ਇਲਾਵਾ ਉਸ ਦਾ ਇੱਕ ਭਰਾ ਵੀ ਹੈ ਜੋ ਵਿਦੇਸ਼ ਦੇ ਵਿੱਚ ਰਹਿੰਦਾ ਹੈ ਪਰ ਇਹ ਬੇਹਦ ਦਰਦਨਾਕ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਅ ਕੰਮ ਤੋਂ ਜੇਕਰ ਤੁਸੀਂ ਘਰ ਆਉਂਦੇ ਹੋ ਜਾਂ ਕੰਮ ਤੇ ਜਾ ਰਹੇ ਹੋ ਤਾਂ ਉਸ ਦੌਰਾਨ ਵੀ ਨਹੀਂ ਪਤਾ ਹੁੰਦਾ ਕਿ ਇਸ ਤਰੀਕੇ ਦਾ ਕੋਈ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਇੱਕ ਤਰੀਕੇ ਦੇ ਨਾਲ ਸੜਕੀ ਅੱਤਵਾਦ ਕਹਿ ਸਕਦੇ ਹਾਂ ਕਿ ਫੈਲਿਆ ਹੋਇਆ ਹੈ ਆਸ-ਪਾਸ ਤੇਜ਼ ਰਫਤਾਰ ਵਾਹਨ ਇਸ ਤਰੀਕੇ ਦੇ ਨਾਲ ਚੱਲਦੇ ਕਿ ਕਿਸੇ ਸਮੇਂ ਵੀ ਕਿਸੇ ਵਾਹਨ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਔਰ ਇੱਕ ਕਿਸੇ ਵਿਅਕਤੀ ਦੀ ਸੜਕ ਦੇ ਉੱਤੇ ਜਾਨਵਰਾਂ ਦੇ ਵਾਂਗ ਮੌਤ ਹੋ ਜਾਂਦੀ ਹੈ ਤਾਂ ਇਸੇ ਤਰੀਕੇ ਦੀਆਂ ਤਸਵੀਰਾਂ ਨੇ ਗੁਰਵਿੰਦਰ ਜੋ ਕਿ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ ਪਰ ਇਸ ਤਰੀਕੇ ਦਾ ਹਾਦਸਾ ਉਸਦੇ ਨਾਲ ਵਾਪਰ ਜਾਂਦਾ ਹੈ ਔਰ ਉਸ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੁਕੇ ਬੁਰਾ ਹਾਲ ਹੈ ਦੱਸ ਦਈਏ ਕਿ ਉੱਥੇ ਜੋ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਗੁਰਵਿੰਦਰ ਦੀ ਮਦਦ ਕੀਤੀ ਜਾਂਦੀ ਤਾਂ ਸ਼ਾਇਦ ਉਸ ਦੀ ਜਾਨ ਬਚ ਜਾ ਸਕਦੀ ਸੀ ਪਰ ਲੋਕਾਂ ਦੇ ਵੱਲੋਂ ਕਿਉਂਕਿ ਅੱਜ ਕੱਲ੍ਹ ਲੋਕ ਵੀ ਉਦਾਸਨ ਹੋ ਚੁੱਕੇ ਨੇ ਲੋਕਾਂ ਦੇ ਵਿੱਚ ਵੀ ਭਾਵਨਾਵਾਂ ਇੱਕ ਤਰੀਕੇ ਦੇ ਨਾਲ ਖਤਮ ਹੋ ਚੁੱਕੀਆਂ ਨੇ ਜਦੋਂ ਇਸ ਤਰੀਕੇ ਦਾ ਹਾਦਸਾ ਵਾਪਰਦਾ ਹੈ ਉਸ ਤੋਂ ਬਾਅਦ ਰੋਂਦੇ ਵੈਣ ਪਾਉਂਦੇ ਲੋਕਾਂ ਦੇ ਕੋਲ ਤਾਂ ਬਹੁਤ ਲੋਕ ਆ ਕੇ ਖੜੇ ਹੋ ਜਾਂਦੇ ਨੇ ਪਰ ਜਦੋਂ ਦਰਦ ਦੇ ਨਾਲ ਖੂਨ ਨਾਲ ਲਤਪਤ ਸੜਕ ਦੇ ਕੋਲ ਤੜਫ ਰਿਹਾ ਹੁੰਦਾ ਹੈ ਤਾਂ ਉਸ ਦੇ ਸਾਹਮਣੇ ਮਦਦ ਲਈ ਕੋਈ ਵੀ ਅੱਗੇ ਨਹੀਂ ਆਉਂਦਾ ਤਾਂ ਗੁਰਵਿੰਦਰ ਦੀ ਮਦਦ ਜੇਕਰ ਕੀਤੀ ਜਾਂਦੀ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ ਤੇ ਇਹ ਪਰਿਵਾਰ ਜੋ ਅੱਜ ਵੈਣ ਪਾ ਰਿਹਾ ਰੋ ਰਿਹਾ ਹੈ ਸ਼ਾਇਦ ਪਰਿਵਾਰ ਦਾ ਚਿਰਾਗ ਨਾ ਬੁਝਦਾ ਪਰਿਵਾਰ ਦਾ ਜਿੰਮੇਵਾਰੀ ਚੁੱਕਣ ਵਾਲਾ ਜੋ ਵਿਅਕਤੀ ਹੈ ਉਹ ਇਸ ਦੁਨੀਆ ਤੋਂ ਰੁਕਸਤ ਨਾ ਹੁੰਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵਾਈਟ ਵੀ ਸੁਣਾ ਦਿੰਦੇ ਆ ਕਿ ਪੁਲਿਸ ਅਧਿਕਾਰੀਆਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਔਰ ਪਰਿਵਾਰਕ ਮੈਂਬਰਾਂ ਦਾ ਇਸ